ਅਸੀਂ ਮਤਲਬ ਪਹਿਲਾਂ ਲੋਕਾਂ ਵਾਂਗੂ ਐਂ ਲਾਉਂਦੇ ਰਹੇ ਹਾਂ, ਕਣਕ ਲਾ ਲਈ, ਝੋਨਾ ਲਾ ਲਿਆ, ਅਤੇ ਪਿਛਲੇ ਸਾਲ ਤੋਂ ਹੀ ਅਸੀਂ ਫਿਰ ਸੋਚਿਆ ਕਿ ਨਹੀਂ ਅਸੀਂ ਜਿਹੜਾ ਨਾ ਕੁਛ ਡਿਫਰੈਂਟ ਕਰਨਾ ਚਾਹੀਦਾ। ਅਤੇ ਇਹਦੇ 'ਚ ਤੁਸੀਂ ਕਿਹੜੀ ਕਿਹੜੀ ਪਹਿਲਾਂ ਫਸਲ ਲਾਉਂਦੇ ਰਹੇ ਹੋ? ਪਹਿਲਾਂ ਤਾਂ ਅਸੀਂ ਜਿੱਦਾਂ ਦੱਸਿਆ ਕਿ ਉਹ ਕਣਕ ਝੋਨਾ ਹੀ ਲਾਉਂਦੇ ਰਹੇ ਹਾਂ, ਅਤੇ ਹੁਣ ਜਿਹੜਾ ਹੈ ਉਹ ਮੈਂ ਥੋੜ੍ਹਾ ਜਿਹਾ ਬਦਲਾਅ ਕੀਤਾ ਅਤੇ ਕਮਾਦ ਲਾਇਆ। ਅੱਛਾ ਜੀ। ਕਮਾਦ ਦੇ ਵਿੱਚ ਹੀ ਅਸੀਂ ਮਤਲਬ ਕਿ ਜਿੱਦਾਂ ਤੁਸੀਂ ਦੇਖ ਰਹੇ ਪਿੱਛੇ ਛੇ ਕਣਾਂ ਦਾ ਆਇਆ, ਇੱਕ ਕਮਾਦ ਹੈ, ਉਹਦੇ ਵਿੱਚ ਹੀ ਮੈਂ ਫੁੱਲ ਲਾਤੇ ਨੇ ਜੀ, ਅਤੇ ਇਹ ਫਿਰ ਮਤਲਬ ਬਹੁਤ ਵਧੀਆ ਮੈਨੂੰ ਜਿਹੜਾ ਨਾ ਸਾਥ ਮਿਲਿਆ ਹੈ। ਅਤੇ ਵੀਰ ਜੀ, ਮੈਂ ਨਾ ਇੱਥੇ ਪਹਿਲਾਂ ਝੋਨਾ ਲਾਉਣ ਦਾ ਹੀ ਸੋਚਿਆ ਸੀ, ਮੈਂ ਝੋਨਾ ਨਹੀਂ ਲਾਇਆ, ਅਤੇ ਇਹਦੇ ਵਿੱਚ ਨਾ ਮੈਂ ਯੰਤਰ ਬੀਜ ਦਿੱਤਾ। ਅੱਛਾ। ਅਤੇ ਯੰਤਰ ਮੈਂ ਬੀਜ ਕੇ ਅਤੇ ਵਿੱਚ ਹੀ ਵਾਹ ਕੇ, ਅਤੇ ਫਿਰ ਮੈਂ ਸੋਚਿਆ ਇੱਕ ਕਮਾਦ ਲਾਉਣਾ ਹੈ, ਅਤੇ ਕਮਾਦ ਲਾ ਕੇ ਅਤੇ ਫਿਰ ਮੈਂ ਵਿੱਚ ਸੋਚਿਆ ਕਿ ਇਹਦੇ ਵਿੱਚ ਮੂਲੀ ਜਾਂ ਸ਼ਲਗਮ ਲਾ ਦਿਆਂ ਜੀ। ਉਹ ਇਸ ਏਰੀਏ ਦੇ ਵਿੱਚ ਨਾ ਉਹਦਾ ਥੋੜ੍ਹਾ ਜਿਹਾ ਉਜਾੜਾ ਜ਼ਿਆਦਾ ਹੁੰਦਾ ਸੀ, ਅਤੇ ਉਹ ਮੈਂ ਫਿਰ ਉਹਨਾਂ ਨੂੰ ਛੱਡ ਦਿੱਤਾ, ਅਤੇ ਮੈਂ ਸੋਚਿਆ ਕਿ ਚਲੋ ਫੁੱਲ ਲਾਉਂਦੇ। ਭਾਅ ਜੀ, ਹੁਣ ਤੱਕ ਦਾ ਤੁਹਾਨੂੰ ਇਹ ਸਰ ਨਵਾਂ ਤਜਰਬਾ ਤੁਸੀਂ ਦੱਸਿਆ, ਔਰ ਹੁਣ ਤੱਕ ਦਾ ਐਕਸਪੀਰੀਅੰਸ ਇਸ ਖੇਤ ਦਾ ਕਿਵੇਂ ਦਾ ਰਿਹਾ? ਕੋਈ ਤੁਹਾਨੂੰ ਖਤਰਾ ਲੱਗਾ ਹੋਵੇ, ਕੋਈ ਡਰ ਲੱਗਾ ਹੋਵੇ? ਨਹੀਂ, ਖਤਰਾ ਬਿਲਕੁਲ ਨਹੀਂ, ਮੈਂ ਸਗੋਂ ਰੋਜ਼ ਸਵੇਰੇ ਆ ਕੇ ਫੇਰਾ ਮਾਰ ਕੇ ਇੱਥੇ ਜਾਣਾ, ਅਤੇ ਮੇਰੀ ਜਿਹੜੀ ਆ ਸਵੇਰੇ ਮੇਰਾ ਪਹਿਲਾ ਕੰਮ ਹੈ ਕਿ ਇੱਥੇ ਆ ਕੇ ਵੇਖ ਕੇ ਜਾਣਾ, ਮੇਰੀ ਤਾਂ ਰੂਹ ਖੁਸ਼ ਹੋ ਜਾਂਦੀ ਹੈ। ਲੱਗਦਾ ਨਹੀਂ ਵੀ ਇਹਨੇ ਔਖੇ ਜਿਹੇ ਕੰਮ ਸ਼ੁਰੂ ਕਰ ਲੈਣੇ, ਕੋਈ ਡੋਲਦਾ ਹੋਵੇ, ਡਰ ਲੱਗਦਾ ਹੋਵੇ? ਬਿਲਕੁਲ, ਜਦੋਂ ਫਸਲ ਚੰਗੀ ਹੋਈ ਉਦੋਂ ਫਿਰ ਦਿਲ ਵੀ ਕਰਦਾ ਵੀ ਠੀਕ ਹੈ ਜੀ, ਇਹ ਜਿਹੜਾ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਗਬਨ ਟੀਵੀ ਤੇ ਮੈਂ ਹਾਂ ਹਰਮਨਪ੍ਰੀਤ ਸਿੰਘ। ਖੇਤੀਬਾੜੀ ਜਿਹੜੀ ਹੈ ਉਹ ਬਹੁਤ ਚੁਣੌਤੀਆਂ ਨਾਲ ਘਿਰੀ ਹੋਈ ਹੈ। ਕਿਸਾਨ ਜਿਹੜੇ ਨੇ ਉਹ ਬੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਉਹ ਦਾਵਾ ਕਰਦੇ ਆ ਕਿ ਕੋਈ ਕਿਸਾਨ ਕਹਿੰਦਾ ਕਿ ਮੇਰੇ ਕੋਲ ਜ਼ਮੀਨ ਘੱਟ ਹੈ, ਕੋਈ ਕਹਿੰਦਾ ਸਾਧਨ ਘੱਟ ਹੈ, ਅਤੇ ਕੋਈ ਕਹਿੰਦਾ ਮੈਨ ਪਾਵਰ ਘੱਟ ਹੈ। ਪਰ ਉਹਦੇ ਉਲਟ ਅੱਜ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਅਜਿਹੇ ਕਿਸਾਨ ਦੇ ਨਾਲ ਖੜੇ ਹਾਂ ਜਿਸ ਦੀ ਜ਼ਮੀਨ ਵੀ ਘੱਟ ਹੈ, ਮੈਨ ਪਾਵਰ ਵੀ ਘੱਟ ਹੈ, ਪਰ ਇਸ ਕਿਸਾਨ ਨੇ ਆਪਣੇ ਜਜ਼ਬੇ ਦੇ ਨਾਲ, ਮਿਹਨਤ ਦੇ ਨਾਲ, ਸੂਝਬੂਝ ਦੇ ਨਾਲ ਆਪਣੀ ਖੇਤੀ ਨੂੰ ਸਫਲ ਬਣਾਇਆ। ਔਰ ਇਹਦੇ ਨਾਲ ਹੀ ਇਸ ਕਿਸਾਨ ਨੇ ਜਿਹੜਾ ਰਵਾਇਤੀ ਜਿਹੜੀ ਫਸਲਾਂ ਨੇ ਉਹਨਾਂ ਦੀ ਕਾਸ਼ਤ ਤੋਂ ਵੀ ਮੂੰਹ ਮੋੜਿਆ, ਔਰ ਸਰਕਾਰ ਵੱਲੋਂ ਜਿਹੜੀ ਫਸਲੀ ਵਿਭਿੰਨਤਾ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਉਹਦੇ 'ਚ ਵੀ ਯੋਗਦਾਨ ਪਾਇਆ। ਆਪਾਂ ਇਸ ਕਿਸਾਨ ਵੀਰ ਨਾਲ ਗੱਲਬਾਤ ਕਰਕੇ ਹੋਰ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੇ ਇਹ ਜਜ਼ਬਾ ਜਿਹੜਾ ਇਹਨਾਂ 'ਚ ਕਿੱਥੋਂ ਆਇਆ, ਕਿਹੜੇ ਉਪਰਾਲੇ ਇਹ ਕਰ ਰਹੇ ਨੇ, ਅਤੇ ਕਿਸ ਤਰ੍ਹਾਂ ਆਪਣੀ ਖੇਤੀ ਨੂੰ ਸਫਲ ਬਣਾ ਰਹੇ ਨੇ। ਹਾਂਜੀ ਭਾਈ, ਸਵਾਗਤ ਹੈ ਜੀ ਤੁਹਾਡਾ। ਪਹਿਲਾਂ ਤਾਂ ਆਪਣਾ ਨਾਮ ਦੱਸੋ, ਪਿੰਡ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜੀ ਕਮਲਜੀਤ ਸਿੰਘ, ਪਿੰਡ ਆਲੇਚੱਕ, ਜ਼ਿਲ੍ਹਾ ਗੁਰਦਾਸਪੁਰ। ਅਤੇ ਅਸੀਂ ਮਤਲਬ ਪਹਿਲਾਂ ਲੋਕਾਂ ਵਾਂਗੂ ਐਂ ਲਾਉਂਦੇ ਰਹੇ ਹਾਂ, ਕਣਕ ਲਾ ਲਈ, ਝੋਨਾ ਲਾ ਲਿਆ, ਅਤੇ ਪਿਛਲੇ ਸਾਲ ਤੋਂ ਹੀ ਅਸੀਂ ਫਿਰ ਸੋਚਿਆ ਕਿ ਨਹੀਂ ਅਸੀਂ ਜਿਹੜਾ ਨਾ ਕੁਛ ਡਿਫਰੈਂਟ ਕਰਨਾ ਚਾਹੀਦਾ। ਤੁਹਾਡੀ ਜ਼ਮੀਨ ਕਿੰਨੀ ਹੈ? ਆਪਣੀ ਜ਼ਮੀਨ ਜਿਹੜੀ ਹੈ ਇਹ ਮੇਰੀ ਜਿਹੜੀ ਆਪਣੀ ਜ਼ਮੀਨ ਹੈ ਜੀ, ਉਹ 3 ਕਿੱਲੇ ਆ। ਅੱਛਾ ਜੀ। ਅਤੇ ਕੁਛ ਜਿਹੜੀ ਉਹ ਠੇਕੇ 'ਤੇ ਵੀ ਲਈ ਹੈ, 5-6 ਕਿੱਲੇ। ਓਕੇ। ਅਤੇ ਇਹਦੇ 'ਚ ਤੁਸੀਂ ਕਿਹੜੀ ਕਿਹੜੀ ਪਹਿਲਾਂ ਫਸਲ ਲਾਉਂਦੇ ਰਹੇ ਹੋ? ਪਹਿਲਾਂ ਤਾਂ ਅਸੀਂ ਜਿੱਦਾਂ ਦੱਸਿਆ ਕਿ ਉਹ ਕਣਕ ਝੋਨਾ ਹੀ ਲਾਉਂਦੇ ਰਹੇ ਹਾਂ, ਅਤੇ ਹੁਣ ਜਿਹੜਾ ਹੈ ਉਹ ਮੈਂ ਥੋੜ੍ਹਾ ਜਿਹਾ ਬਦਲਾਅ ਕੀਤਾ ਅਤੇ ਕਮਾਦ ਲਾਇਆ ਹੈ। ਅੱਛਾ ਜੀ। ਕਮਾਦ ਦੇ ਵਿੱਚ ਹੀ ਅਸੀਂ ਮਤਲਬ ਕਿ ਜਿੱਦਾਂ ਤੁਸੀਂ ਦੇਖ ਰਹੇ ਪਿੱਛੇ ਛੇ ਕਣਾਂ ਦਾ ਆਇਆ, ਇੱਕ ਕਮਾਦ ਹੈ, ਉਹਦੇ ਵਿੱਚ ਹੀ ਮੈਂ ਫੁੱਲ ਲਾਤੇ ਨੇ ਜੀ, ਅਤੇ ਇਹ ਫਿਰ ਮਤਲਬ ਬਹੁਤ ਵਧੀਆ ਮੈਨੂੰ ਜਿਹੜਾ ਨਾ ਸਾਥ ਮਿਲਿਆ ਹੈ। ਔਰ ਜਿਸ ਤਰ੍ਹਾਂ ਕਿ ਸਾਡੇ ਦਰਸ਼ਕ ਦੇਖ ਰਹੇ ਨੇ, ਕਿਸਾਨ ਵੀਰ ਨੇ ਦੱਸਿਆ ਹੈ ਕਿ ਇਹਨਾਂ ਨੇ ਕਮਾਦ ਦੇ ਵਿੱਚ ਜਿਹੜੇ ਨੇ ਉਹ ਫੁੱਲ ਆਏ ਨੇ, ਔਰ ਮੈਂ ਇੱਥੇ ਦੱਸਣਾ ਫਿਰ ਚਾਹਾਂਗਾ ਕਿ ਜਿਹੜੇ ਕਮਾਦ ਦੇ ਵਿੱਚ ਜਿਹੜੀ ਫੁੱਲਾਂ ਦੀ ਖੇਤੀ ਹੈ ਉਹ ਸਾਡੇ ਪੰਜਾਬ ਦੇ ਬਹੁਤ ਘੱਟ ਕਿਸਾਨ ਜਿਹੜੇ ਨੇ ਉਹ ਇੱਦਾਂ ਕਰਦੇ ਨੇ। ਖਾਸ ਤੌਰ 'ਤੇ ਜਿਸ ਤਰ੍ਹਾਂ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਖੜੇ ਹਾਂ, ਅਤੇ ਇੱਥੇ ਜਿਹੜਾ ਇਹ ਕਲਚਰ, ਇਹ ਰੁਝਾਨ ਬਹੁਤ ਘੱਟ ਹੈ। ਆਮ ਤੌਰ 'ਤੇ ਕਿਸਾਨ ਜਿਹੜੇ ਨੇ ਉਹ ਕਮਾਦ ਦੇ ਵਿੱਚ ਜਿਸ ਤਰ੍ਹਾਂ ਕੋਈ ਸਰੋਂ ਤੋਰੀ ਆ ਜਾਂ ਫਿਰ ਕੋਈ ਸਬਜ਼ੀ ਦੀ ਕਾਸ਼ਤ ਕਰਦੇ ਨੇ,
ਤੇ ਭਾਈ ਸਾਹਿਬ ਤੁਸੀਂ ਇਹ ਜਿਹੜੀ ਫੁੱਲਾਂ ਦੀ ਖੇਤੀ ਕਮਾਦ ਦੇ ਵਿੱਚ ਕਰਨ ਦੀ ਜਿਹੜੀ ਸ਼ੁਰੂਆਤ ਹੈ, ਇਹਦਾ ਇਹ ਤੁਹਾਡਾ ਕਿਵੇਂ ਮਨ ਚ ਆਇਆ ਕਿ ਇਹ ਕੰਮ ਕਰਨਾ ਚਾਹੀਦਾ? ਇਹ ਵੀਰ ਜੀ, ਮੈਂ ਨਾ ਇੱਥੇ ਪਹਿਲਾਂ ਝੋਨਾ ਲਾਉਣ ਦਾ ਹੀ ਸੋਚਿਆ ਸੀ। ਮੈਂ ਝੋਨਾ ਨਹੀਂ ਲਾਇਆ ਤੇ ਇਹਦੇ ਵਿੱਚ ਨਾ ਮੈਂ ਜੰਤਰ ਬੀਜ ਦਿੱਤਾ। ਅੱਛਾ। ਤੇ ਜੰਤਰ ਮੈਂ ਬੀਜ ਕੇ ਤੇ ਵਿੱਚ ਹੀ ਵਾਹ ਕੇ ਤੇ ਫਿਰ ਮੈਂ ਸੋਚਿਆ ਇੱਕ ਕਮਾਦ ਲਾਉਣਾ ਹੈ ਤੇ ਕਮਾਦ ਲਾ ਕੇ ਤੇ ਫਿਰ ਮੈਂ ਵਿੱਚ ਸੋਚਿਆ ਕਿ ਇਹਦੇ ਵਿੱਚ ਮੂਲੀ ਜਾਂ ਸ਼ਲਗਮ ਲਾ ਦਿਆਂ। ਜੀ। ਉਹ ਇਸ ਏਰੀਆ ਦੇ ਵਿੱਚ ਨਾ ਉਹਦਾ ਥੋੜਾ ਜਿਹਾ ਉਜਾੜਾ ਜ਼ਿਆਦਾ ਹੁੰਦਾ ਸੀ ਤੇ ਉਹ ਮੈਂ ਫਿਰ ਉਹਨਾਂ ਨੂੰ ਛੱਡ ਦਿੱਤਾ ਤੇ ਮੈਂ ਸੋਚਿਆ ਕਿ ਚਲੋ ਫੁੱਲ ਲਾਉਣੇ ਤੇ ਫੁੱਲ ਲਾ ਦਿੱਤੇ। ਇਹ ਲਾਏ ਨੇ ਮੈਂ 21 ਸਤੰਬਰ ਨੂੰ। ਤੇ ਇਹ ਕਮਾਦ ਜਿਹੜਾ ਹੈ ਉਹ ਕਦੋਂ ਲਾਇਆ ਸੀ? ਕਮਾਦ ਲਾਇਆ ਜੀ 4 ਸਤੰਬਰ ਨੂੰ। ਇਹ ਕਿੰਨਾ ਏਰੀਆ ਜੀ ਜਿੱਥੇ ਫੁੱਲ ਤੇ ਕਮਾਦ ਇਕੱਠਾ ਹੈ? 6 ਕਨਾਲ। ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਜੀ ਥੋੜਾ ਇੱਕ ਵਾਰੀ ਸ਼ਾਰਟਸ ਇੱਧਰ ਵੀ ਦਿਖਾਉਣ ਕਿ ਇਹ ਦੇਖੋ ਫੁੱਲਾਂ ਦੀ ਖੇਤੀ ਵਿੱਚ ਕਮਾਦ ਹੈ ਜੀ। ਥੋੜਾ ਅੱਗੇ ਕਰਕੇ ਦਿਖਾਓ ਕਿ ਵਿੱਚ ਕਮਾਦ ਵੀ ਸਤੰਬਰ ਮਹੀਨੇ 'ਚ ਲੱਗਾ ਹੈ, ਉਸੇ ਮਹੀਨੇ 'ਚ ਇਹਨਾਂ ਨੇ ਫੁੱਲ ਲਾਏ ਨੇ ਤੇ ਕਮਾਦ ਵੀ ਵੱਧ ਫੁੱਲ ਰਿਹਾ ਔਰ ਫੁੱਲਾਂ ਦੇ ਵੇਖੋ ਫੁੱਲ ਖਿੜੇ ਹੋਏ ਨੇ। ਕਿਸ ਤਰ੍ਹਾਂ ਕਿੰਨਾ ਅੱਛਾ ਇਹਨਾਂ ਦਾ ਨਜ਼ਾਰਾ ਵੀ ਹੈ ਔਰ ਇਹਨਾਂ ਦੀ ਜਿਹੜੀ ਪੈਦਾਵਾਰ ਵੀ ਅੱਛੀ ਹੈ ਔਰ ਅਸੀਂ ਸਮਝਦੇ ਹਾਂ ਕਿ ਇਹਦੀ ਜਿਹੜੀ ਆਮਦਨ ਵੀ ਅੱਛੀ ਹੋਏਗੀ। ਤੇ ਭਾਈ ਹੁਣ ਤੱਕ ਦਾ ਤੁਹਾਨੂੰ ਇਹ ਨਵਾਂ ਤਜਰਬਾ ਤੁਸੀਂ ਦੱਸਿਆ ਔਰ ਹੁਣ ਤੱਕ ਦਾ ਐਕਸਪੀਰੀਅੰਸ ਇਸ ਖੇਤ ਦਾ ਕਿਵੇਂ ਦਾ ਰਿਹਾ? ਕੋਈ ਤੁਹਾਨੂੰ ਖਤਰਾ ਲੱਗਾ ਹੋਵੇ, ਕੋਈ ਡਰ ਲੱਗਾ ਹੋਵੇ? ਨਹੀਂ, ਖਤਰਾ ਬਿਲਕੁਲ ਨਹੀਂ। ਮੈਂ ਸਗੋਂ ਰੋਜ਼ ਸਵੇਰੇ ਆ ਕੇ ਫੇਰਾ ਮਾਰ ਕੇ ਇੱਥੇ ਜਾਣਾ ਤੇ ਮੇਰੀ ਜਿਹੜੀ ਆ ਸਵੇਰੇ ਮੇਰਾ ਪਹਿਲਾ ਕੰਮ ਹੈ ਕਿ ਇੱਥੇ ਆ ਕੇ ਵੇਖ ਕੇ ਜਾਣਾ, ਮੇਰੀ ਤੇ ਰੂਹ ਖੁਸ਼ ਹੋ ਜਾਂਦੀ ਹੈ। ਔਰ ਕਿਉਂਕਿ ਅਜੇ ਪਹਿਲੀ ਤੁੜਾਈ ਅਸੀਂ ਕੀਤੀ ਹੈ। ਅੱਛਾ। ਔਰ ਬਹੁਤ ਵਧੀਆ ਸਾਨੂੰ ਮਤਲਬ ਉਹਦਾ ਜਿਹੜਾ ਤੁੜਾਈ ਦੀ ਗੱਲ ਤੁਸੀਂ ਕੀਤੀ ਹੈ ਔਰ ਇਹ ਸਭ ਤੋਂ ਵੱਡੀ ਗੱਲ, ਮੇਰੀ ਹੋਰ ਵੀ ਕਿਸਾਨ ਵੀਰਾਂ ਨਾਲ ਗੱਲ ਹੁੰਦੀ ਹੈ, ਆਮ ਤੌਰ ਤੇ ਕਿਸਾਨਾਂ ਨੂੰ ਇਹ ਡਰ ਰਹਿੰਦਾ ਕਿ ਚੀਜ਼ ਪੈਦਾ ਕਰ ਲਈ ਪਰ ਉਹਨੂੰ ਵੇਚਣਾ ਕਿੱਥੇ ਹੈ। ਹੁਣ ਤੁਸੀਂ ਤੁੜਾਈ ਇਹਦੀ ਪਹਿਲੀ ਕਰ ਲਈ ਹੈ, ਫਿਰ ਇਹਨੂੰ ਕਿਵੇਂ ਵੇਚਿਆ, ਕਿਵੇਂ ਕਿੱਥੇ ਵੇਚਿਆ, ਕੀ ਰੇਟ ਮਿਲਿਆ ਇਹਦਾ? ਇਹ ਦੇਖੋ ਜੀ, ਤੁੜਾਈ ਤੇ ਅਸੀਂ ਮਤਲਬ ਆਪ ਹੀ ਕਰ ਲਈ। ਇਹ ਮੈਂ ਸ਼ਹਿਰ ਇੱਥੇ ਗੁਰਦਾਸਪੁਰ ਹੀ ਲਾਗੇ ਦੁਕਾਨਾਂ ਵਾਲਿਆਂ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੂੰ ਮੈਂ ਜਾ ਕੇ ਦੇ ਆਇਆ ਤੇ ਕਿਉਂ ਅਜੇ ਥੋੜਾ ਜਿਹਾ ਮਾਲ ਨਿਕਲਦਾ ਹੈ, ਜਦੋਂ ਜ਼ਿਆਦਾ ਨਿਕਲੇਗਾ ਉਦੋਂ ਫਿਰ ਹੋਰ ਲਾਗੇ ਸਾਡੇ ਮੰਡੀਆਂ ਨੇ ਜਿੱਦਾਂ ਪਠਾਨਕੋਟ ਹੈ ਉੱਥੇ ਵਾਵਾ ਇਹਦੀ ਸੇਲ ਹੈ ਤੇ ਉੱਥੇ ਫਿਰ ਲੈ ਜਾਇਆ ਕਰਾਂਗੇ। ਉਹਨਾਂ 1 ਕਿੱਲਾ ਹੋਰ ਮੈਂ ਠੇਕੇ ਤੇ ਲਿਆ ਸੀ, ਉਹਦੇ 'ਚ ਮੈਂ ਕਮਾਦ ਲਾਇਆ ਤੇ ਕਮਾਦ ਦੇ ਵਿੱਚ ਜਿਹੜੀ ਉਹ ਸਰੋਂ ਬੀਜੀ। ਵੈਰੀ ਗੁੱਡ। ਅੱਛਾ, ਸਰੋਂ ਆ ਉੱਥੇ। ਹਾਂਜੀ। ਔਰ ਇਹਦੇ 'ਚ ਇਹ ਦੱਸਿਓ ਵੀ ਇਹ ਜਿਹੜਾ ਗੰਨਾ ਹੈ ਇਹਨੂੰ ਤੁਸੀਂ ਮਿਲ 'ਚ ਸੁੱਟਣਾ ਜਾਂ ਤੁਸੀਂ ਆਪਣਾ ਵੇਲਣਾ ਵੀ ਲਾਇਆ ਕਹਿ ਰਹੇ ਸੀ? ਜੀ, ਇਹ ਜਿਹੜਾ ਹੈ ਇਹ ਤੇ 95 ਵੈਰਾਈਟੀ ਹੈ, ਇਹ ਮਿਲ ਵਾਸਤੇ ਲਾਇਆ ਹੈ। ਅੱਛਾ ਜੀ। ਤੇ ਦੂਜਾ ਜਿਹੜਾ ਹੈ ਉਹ ਮੇਰੇ ਕੋਲ 85 ਹੈ। ਅੱਛਾ ਜੀ। ਤੇ ਉਹਦਾ ਅਸੀਂ ਗੁੜ ਕੱਢ ਕੇ ਵੀ ਵੇਚਦੇ ਹਾਂ। ਇਹ ਪਹਿਲਾਂ ਵੀ ਵੇਚਦੇ ਰਹੋ? ਹਾਂਜੀ, ਪਿਛਲੇ ਸਾਲ ਵੀ ਵੇਚਿਆ ਤੇ ਪਿਛਲੇ ਸਾਲ ਜਿਹੜਾ ਉਹ ਥੋੜਾ ਸੀ ਗੰਨਾ। ਜੀ। ਤੇ ਐਦਕਾਂ ਜਿਹੜਾ ਆ ਉਹ ਮਤਲਬ ਮੈਂ ਕੋਈ 10 ਕੁ ਕਨਾਲਾਂ ਜਿਹੜਾ ਮੇਰਾ ਕੋ ਗੰਨਾ ਹੈਗਾ ਆ ਤੇ ਉਹ ਹੁਣ ਅਸੀਂ ਮਤਲਬ ਗੁੜ ਕੱਢ ਕੇ ਜਿਹੜਾ ਉਹ ਕੀਤਾ ਸ਼ੁਰੂ ਕੰਮ। ਔਰ ਇਸ ਤੋਂ ਇਲਾਵਾ ਤੁਸੀਂ ਨਿੰਬੂ ਵੀ ਲਾਏ ਹੋਏ ਨੇ ਤੇ ਇਹ ਸਾਰਾ ਇੰਨਾ ਜਜ਼ਬਾ ਜਿਹੜਾ ਇਹ ਜਿਹੜਾ ਦੂਸਰਿਆਂ ਨੂੰ ਹਟ ਕੇ ਥੋੜੇ ਖੇਤਾਂ ਦੇ ਵਿੱਚ ਇੰਨਾ ਜ਼ਿਆਦਾ ਕੰਮ ਕਰਨ ਦਾ, ਤੁਹਾਨੂੰ ਸੇਧ ਮਿਲੀ ਕਿੱਥੋਂ ਆ? ਦੇਖੋ ਜੀ, ਇਹ ਤਾਂ ਅਸੀਂ ਜਿਹੜੇ ਆਪਣੇ ਭੈਣ ਜੀ ਮਨਜੀਤ ਕੌਰ ਹੋਣੀ ਨੇ ਇਹਨਾਂ ਨੇ ਵੀ ਕਾਫੀ ਇੱਥੇ ਆ ਕੇ ਵਿਜ਼ਿਟ ਕਰਦੇ ਨੇ, ਉਹ ਡਾਕਟਰ ਬਲ ਸਾਹਿਬ ਨੇ ਉਹ ਵੀ ਇੱਥੇ ਆ ਕੇ ਵਿਜ਼ਿਟ ਕਰਦੇ ਨੇ ਬਹੁਤ ਵਧੀਆ ਤੇ ਉਹਨਾਂ ਦੇ ਨਾਲ ਫਿਰ ਅਸੀਂ ਸੋਚਿਆ ਵੀ ਜਿਹੜੀ ਨਾ ਰਵਾਇਤੀ ਖੇਤੀ ਉਹਦੇ ਤੋਂ ਥੋੜਾ ਜਿਹਾ ਕੁਛ ਡਿਫਰੈਂਟ ਕਰਨਾ ਚਾਹੀਦਾ। ਮੈਂ ਐਦਕਾਂ ਪਾਣੀ ਬਚਾਉਣ ਦੇ ਲੱਗ, ਚਲੋ ਅਸੀਂ ਕੀ ਬਚਾਉਣਾ ਹੈ, ਪਰ ਫਿਰ ਵੀ ਮੈਂ ਜਿਹੜਾ ਨਾ ਮੇਰੇ ਕੋਲ ਵਾਧੂ ਪਾਣੀ ਹੋਣ ਦੇ ਬਾਵਜੂਦ ਵੀ ਮੈਂ 1 ਵਿਘਾ ਝੋਨਾ ਲਾਇਆ 4 ਕਨਾਲਾਂ। ਓਕੇ। ਤੇ ਉਹਦੇ ਤੋਂ ਬਾਅਦ ਮੈਂ ਸਿਰਫ ਦੂਜਾ ਨਿੰਬੂ ਲਾ ਦਿੱਤੇ ਨੇ, ਕਮਾਦ ਲਾ ਦਿੱਤਾ ਤੇ ਇਹ ਜਿਹੜਾ ਫੁੱਲ ਲਾ ਲਏ ਨੇ, ਝੋਨਾ ਮੈਂ ਐਦਕਾਂ ਬਹੁਤ ਘੱਟ ਲਾਇਆ। ਬਹੁਤ ਅੱਛੀ ਗੱਲ ਹੈ। ਔਰ ਮੈਨੂੰ ਇੱਕ ਇਹ ਵੀ ਦੱਸਿਓ ਜ਼ਰੂਰ ਜੀ, ਮੇਰੇ ਆਪਣੇ ਮਨ ਦਾ ਵੀ ਇੱਕ ਡਾਊਟ ਹੈ, ਹੋਰ ਕਿਸਾਨ ਵੀਰਾਂ ਦੇ ਦਿਮਾਗ 'ਚ ਵੀ ਸਵਾਲ ਆਉਂਦਾ ਹੋਏਗਾ ਕਿ ਇੰਨੇ ਸਾਰੇ ਤੁਸੀਂ ਕੰਮ ਕਰ ਰਹੇ ਹੋ, ਫੁੱਲਾਂ ਦੀ ਖੇਤੀ ਕਰ ਰਹੇ ਹੋ, ਸਰੋਂ ਆ, ਕਮਾਦ ਵੀ ਲਾਇਆ, ਕਮਾਦ ਵੀ ਜਿਹੜਾ ਉਹ ਮਿਹਨਤ ਵਾਲਾ ਕੰਮ ਹੈ, ਔਰ ਨਿੰਬੂ ਲਗਾਏ ਨੇ, ਗੁੜ ਕੱਢ ਕੇ ਵੀ ਵੇਚਣਾ ਹੈ, ਗੁੜ ਬਣਾ ਕੇ, ਇਹ ਸਾਰੀਆਂ ਚੀਜ਼ਾਂ ਵਾਸਤੇ ਮਿਹਨਤ ਚਾਹੀਦੀ ਆ। ਤੇ ਔਰ ਮੈਨ ਪਾਵਰ ਤੁਹਾਡੇ, ਤੁਸੀਂ ਕਿੰਨੇ ਜਣੇ ਕੰਮ ਕਰਦੇ ਹੋ ਖੇਤਾਂ 'ਚ, ਤੁਸੀਂ ਤੁਹਾਡੇ ਪਰਿਵਾਰ 'ਚ? ਮੈਂ ਤਾਂ ਵੈਸੇ ਇਕੱਲਾ ਹੀ ਆ। ਅੱਛਾ ਜੀ। ਤੇ
ਮਾੜਾ ਮੋਟਾ ਇੱਥੇ ਕਰੀ ਜਾਏ ਆਪ ਹੀ, ਜਦੋਂ ਕਦੇ ਫਿਰ ਜ਼ਰੂਰਤ ਹੋਏ ਤੇ ਉਦੋਂ ਨਾਲ ਲੇਬਰ ਦੀ ਵੀ ਮੈਂ ਸਹਾਇਤਾ ਲੈਣਾ। ਕਦੀ ਮਨ ਲੱਗਦਾ ਨੀ ਵੀ ਇਹਨਾਂ ਔਖੇ ਜਿਹੇ ਕੰਮ ਸ਼ੁਰੂ ਕਰ ਲੈਣੇ, ਕੋਈ ਡੋਲਦਾ ਹੋਵੇ, ਡਰ ਲੱਗਦਾ ਹੋਵੇ? ਬਿਲਕੁਲ, ਜਦੋਂ ਫਸਲ ਚੰਗੀ ਹੋਈ ਉਦੋਂ ਫਿਰ ਦਿਲ ਵੀ ਕਰਦਾ ਵੀ ਠੀਕ ਹੈ ਜੀ, ਇਹ ਜਿਹੜਾ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ। ਬਿਲਕੁਲ, ਉਦੋਂ ਸਾਡੀ। ਔਰ ਹੋਰ ਕੀ ਆਸ ਕਰਦੇ ਹੋ ਸਰਕਾਰ ਕੋਲੋਂ, ਵਿਭਾਗ ਕੋਲੋਂ ਜਾਂ ਪਰਮਾਤਮਾ ਕੋਲੋਂ? ਪਰਮਾਤਮਾ ਤੇ ਸਭ ਜੋ ਕਰ ਰਿਹਾ ਉਹ ਬਹੁਤ ਭਲੀ ਕਰ ਰਿਹਾ ਜੀ, ਤੇ ਡਿਪਾਰਟਮੈਂਟ ਜਿਹੜੇ ਨੇ ਉਹ ਵੀ ਫਿਲਹਾਲ ਜਿਹੜਾ ਆ ਉਹ ਅਜੇ ਤੱਕ ਜਿਹੜਾ ਆ ਉਹ ਉਹਨਾਂ ਦੀ ਪੂਰੀ ਸਪੋਰਟ ਹੈ, ਬਹੁਤ ਅੱਛੇ, ਇਹ ਬਹੁਤ ਮਦਦ ਕਰਦੇ ਨੇ ਸਾਡੀ। ਔਰ ਤੁਸੀਂ ਥੋੜੇ ਸਮੇਂ ਤੋਂ ਇਹ ਬਦਲਾਅ ਜਿਹੜਾ ਲਿਆਂਦਾ ਆਪਣੇ ਖੇਤਾਂ 'ਚ, ਪਰ ਫਿਰ ਵੀ ਸਵਾਲ ਕਰਨਾ ਬਣਦਾ ਹੈ, ਲਾਸਟ ਸਵਾਲ ਹੈ ਕਿ ਦੂਸਰੀ ਰਵਾਇਤੀ ਖੇਤੀ ਜਿਹੜੀ ਹੈ ਔਰ ਇਹਦੇ 'ਚ ਆਮਦਨ ਦਾ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ? ਇਹ ਆਮਦਨ ਦੇਖੋ ਜੀ, ਇਹ ਜਿਹੜਾ ਅਸੀਂ ਜਿੱਦਾਂ ਹੁਣ ਗੁੜ ਕੱਢ ਕੇ ਵੇਚਦੇ ਹਾਂ ਉਹ ਬਹੁਤ ਵਧੀਆ, ਲੋਕੀ ਖੁਸ਼ ਨੇ। ਮੇਲੇ 'ਚ ਗੰਨਾ ਸੁੱਟਣ ਦਾ ਫਾਇਦਾ ਹੈ ਕਿ ਗੁੜ ਕੱਢ ਕੇ ਵੇਚਣ ਦਾ? ਗੁੜ ਕੱਢ ਕੇ ਵੇਚਣ ਦਾ ਫਾਇਦਾ, ਉਹਦੇ 'ਚ ਮਿਹਨਤ ਬਹੁਤ ਹੈ ਪਰ ਇਹ ਵੀ ਗੁੜ ਕੱਢ ਕੇ ਤੇ ਉਹਦਾ ਫਾਇਦਾ ਹੈ। ਤੇ ਔਰ ਇਹ ਫੁੱਲ ਤੇ ਫੁੱਲ ਲਾਉਣ ਦਾ ਫਾਇਦਾ ਕਿ ਵਿੱਚ ਮੂਲੀਆਂ ਲਾਉਣ ਦਾ ਫਾਇਦਾ? ਨਹੀਂ, ਮੈਨੂੰ ਤਾਂ ਲੱਗਦਾ ਹੈ ਕਿ ਮੂਲੀ ਦੀ ਮਿਹਨਤ ਮੈਂ ਇਕੱਲਾ ਹੋਣ ਕਰਕੇ ਇੰਨੀ ਨਹੀਂ ਕਰ ਸਕਦਾ, ਤੇ ਇਹ ਫੁੱਲ ਜਿਹੜੇ ਨੇ ਠੀਕ ਹੈ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ, ਅਸੀਂ ਆਸ ਕਰਦੇ ਹਾਂ ਕਿ ਪਰਮਾਤਮਾ ਇਸੇ ਤਰ੍ਹਾਂ ਤੁਹਾਡੀ ਮਿਹਨਤ ਜਿਹੜੀ ਹੈ ਉਹਨੂੰ ਹੋਰ ਸਫਲ ਬਣਾਵੇ, ਹੋਰ ਇਹਦਾ ਫਲ ਫੁੱਲ ਜਿਹੜੇ ਆ ਉਹ ਤੁਹਾਨੂੰ ਦੇਵੇ। ਔਰ ਸਾਡੇ ਨਾਲ ਮੈਡਮ ਮਨਜੀਤ ਕੌਰ ਜਿਹੜੇ ਨੇ ਉਹ ਮੌਜੂਦ ਨੇ, ਇਹ ਮੈਡਮ ਖੇਤੀਬਾੜੀ ਵਿਸਥਾਰ ਅਫਸਰ ਨੇ ਜੀ ਖੇਤੀਬਾੜੀ ਵਿਭਾਗ ਤੋਂ, ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਵਾਗਤ ਹੈ ਜੀ ਡਾਕਟਰ ਸਾਹਿਬ ਤੁਹਾਡਾ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਕਿਸਾਨ ਵੀਰ ਦਾ ਉਪਰਾਲਾ, ਹੋਰ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਅਸੀਂ ਸਮੂਹ ਕਿਸਾਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਵੇਂ ਇਹ ਕਮਲਜੀਤ ਸਿੰਘ ਬਹੁਤ ਹੀ ਵਧੀਆ ਫਾਰਮਰ ਨੇ, ਬਹੁਤ ਮਿਹਨਤੀ ਫਾਰਮਰ ਨੇ, ਤੇ ਰਵਾਇਤੀ ਜਿਹੜੀਆਂ ਸਾਡੇ ਝੋਨੇ ਤੇ ਕਣਕ ਦੀ ਫਸਲ ਹੈ ਉਸ ਤੋਂ ਨਿਕਲ ਕੇ ਫਸਲੀ ਵਿਭਿੰਨਤਾ ਵੱਲ ਇਹ ਹਮੇਸ਼ਾ ਕੰਮ ਕਰਦੇ ਨੇ। ਇਹਨਾਂ ਨੇ ਜਿਵੇਂ ਕਿ ਐਰਕਾਂ ਵੀ ਇੰਟਰਕ੍ਰੋਪਿੰਗ ਕੀਤੀ ਹੋਈ ਹੈ, ਫੁੱਲਾਂ ਦੀ ਵੀ ਕਾਸ਼ਤ ਕੀਤੀ ਹੋਈ ਹੈ, ਫਿਰ ਇਹਨਾਂ ਨੇ ਨਿੰਬੂ ਵੀ ਲਾਏ ਹੋਏ ਹੈ, ਫਿਰ ਇਹਨਾਂ ਨੇ ਸਰੋਂ ਵੀ ਲਾਈ ਹੋਈ ਹੈ, ਕਮਾਦ ਵੀ ਲਾਇਆ ਹੋਇਆ ਵੈ, ਤੇ ਉਹਦੇ ਨਾਲ ਗੁੜ ਵੀ ਕੱਢਦੇ ਨੇ, ਤੇ ਸਾਰੇ ਪਾਸਿਓਂ ਜਿਹੜੀ ਹੈ ਆਮਦਨ ਲੈਂਦੇ ਨੇ ਤੇ ਬਹੁਤ ਮਿਹਨਤ ਕਰਦੇ ਨੇ। ਸਮੂਹ ਸਾਰੇ ਕਿਸਾਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਉਹ ਵੀ ਫਸਲੇ ਝੋਨੇ ਤੇ ਕਣਕ ਦੀ ਜਿਹੜੀ ਹੈ ਰਵਾਇਤੀ ਫਸਲ ਤੋਂ ਨਿਕਲ ਕੇ ਹੋਰ ਵੀ ਫਸਲਾਂ ਵੱਲ ਧਿਆਨ ਦੇਣ ਤੇ ਵੱਧ ਤੋਂ ਵੱਧ ਜਿਹੜੀ ਹੈਗੀ ਆ ਮੁਨਾਫਾ ਕਮਾਉਣ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਔਰ ਸਾਡੇ ਕਿਸਾਨ ਵੀਰਾਂ ਨੇ, ਸਾਡੇ ਦਰਸ਼ਕਾਂ ਨੇ ਖੁਦ ਦੇਖਿਆ ਹੈ ਕਿ ਇਹਨਾਂ ਕਿਸਾਨ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਮਿਹਨਤ ਕੀਤੀ ਜਾ ਰਹੀ ਹੈ, ਔਰ ਅਸੀਂ ਆਸ ਕਰਦੇ ਹਾਂ ਕਿ ਹੋਰ ਕਿਸਾਨ ਵੀ ਜਿਹੜੇ ਨੇ ਅਜਿਹੇ ਉਪਰਾਲੇ ਕਰਨਗੇ, ਇਸ ਤਰ੍ਹਾਂ ਦੇ ਜਿਹੜੇ ਯਤਨ ਨੇ ਉਹ ਕਰਕੇ ਤੇ ਸਾਡੀ ਜਿਹੜੀ ਮਿੱਟੀ ਹਵਾ ਪਾਣੀ ਹੈ ਉਹਨੂੰ ਵੀ ਦੂਸ਼ਿਤ ਹੋਣ ਤੋਂ ਬਚਾਉਣਗੇ, ਧਰਤੀ ਹੇਠਲਾ ਪਾਣੀ ਬਚਾਉਣ ਲਈ ਯੋਗਦਾਨ ਪਾਉਣਗੇ, ਔਰ ਆਪਣੀ ਜਿਹੜੀ ਆਮਦਨ ਹੈ ਸਭ ਤੋਂ ਜਿਹੜੀ ਖਾਸ ਗੱਲ ਹੈ ਉਹਦੇ 'ਚ ਵਾਧਾ ਕਰਨ ਦਾ ਜਿਹੜਾ ਇੱਕ ਜਿਹੜਾ ਯਤਨ ਆ ਉਹ ਵੀ ਆਰੰਭ ਕਰਨਗੇ। ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ। ਮੈਂ ਹਰਮਨਪ੍ਰੀਤ ਸਿੰਘ, ਜਗਬਨ ਟੀਵੀ, ਗੁਰਦਾਸਪੁਰ।